ਬਿਸਮਿਲ੍ਲਾਹਿਰ੍ਰਹ੍ਮਾਨਿਰ੍ਰਹੀਮ ਮੇਰੇ ਵੱਲੋਂ ਮੈਂ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਅਸਲਾਮੁ ਅਲੈਕੁਮ। ਮੇਰੀ ਦੁਆ ਕਿ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਤੁਹਾਡੇ ਸਾਰੇ ਦੁੱਖ ਤਕਲੀਫਾਂ ਨੂੰ ਦੂਰ ਕਰੇ, ਸਦਾ ਹੱਸਦੇ ਰਹੋ ਅਤੇ ਮੁਸਕਰਾਉਂਦੇ ਰਹੋ। ਇਸ ਦੁਆ ਦੇ ਨਾਲ ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ। ਅੱਛਾ ਜੀ, ਟਾਈਮ ਹੋ ਗਿਆ 8 ਵੱਜ ਚੁੱਕਿਆ ਅਤੇ ਮੈਂ ਘਰੋਂ ਆਈ ਸੀ ਜਵੇਰ ਨੂੰ ਪੱਠੇ ਚੁਕਾਉਣ। ਬਾਜਰੇ ਦੇ ਜਿਹੜੇ ਹੈ ਨਾ ਉਹ ਚੁਕਾ ਦਿੱਤੇ, ਹੁਣ ਚੁੱਕਣਾ ਸੀ ਲੂਸਣ। ਅਤੇ ਰਸਤੇ 'ਚ ਮੇਰੀ ਨਾ ਚੱਪਲ ਜਿਹੜੀ ਹੈ ਨਾ ਟੁੱਟ ਗਈ। ਚਲੋ ਤੁਸੀਂ ਹੁਣ ਮੇਰੀ ਪਹਿਨ ਲਓ। ਕਾਫੀ ਦੇਖਣੇ ਲਿਆ ਭੈਣਾਂ ਕਮੈਂਟ ਵੀ ਕਰ ਰਹੀਆਂ ਸੀ ਕਿ ਤੁਸੀਂ ਨਾ ਦਰਾਣੀ ਜਠਾਣੀ ਨੇ ਇੱਕ ਤਰ੍ਹਾਂ ਦੀਆਂ ਚੱਪਲਾਂ ਕਿਉਂ ਪਾਈਆਂ ਹੋਈਆਂ, ਤਾਂ ਕਰਕੇ ਟੁੱਟ ਗਈ ਮੇਰੀ। ਟੁੱਟ ਗਈ, ਚਲੋ ਕੋਈ ਨਹੀਂ, ਹੋਰ ਲੈ ਲਾਂਗੇ। ਇਹ ਮੇਰੀ ਚੱਪਲ ਸਹੀ ਨਹੀਂ। ਆਹ ਦੇਖ ਲਓ ਨਾ, ਹੁਣ ਆਪਾਂ ਤਿਲੀ ਵੀ ਕੀ ਨਾ, ਆ ਮਾਸ਼ਾਅੱਲਾ ਤਿਲੀ ਦੇ, ਮਾਸ਼ਾਅੱਲਾ ਤਿਲੀ ਜ਼ਬਰਦਸਤ ਆ। ਮੇਰਾ ਤਾਂ ਦਿਲ ਨਹੀਂ ਕਰਦਾ ਤੁਸੀਂ। ਨਹੀਂ ਨਹੀਂ ਆ ਇਹ ਆ ਵੀ ਕਾ ਛੱਡ ਲਾਂਗੇ ਨਾ, ਪਰਲੇ ਹੈ ਨਹੀਂ ਗਏ। ਮੇਰਾ ਦਿਲ ਨਹੀਂ ਕਰਦਾ ਤੁਸੀਂ ਇਹਦੇ 'ਚ ਨਾ ਰੇਜ਼ਰ ਫਿਰੋ। ਤੇ ਆ ਦੇਸੀ ਆਂਦੇ ਆਂਦੇ ਮੈਨੂੰ ਨਾ ਖੁਸ਼ਬੂ ਆਉਂਦੀ ਪਈ ਸੀਗੀ ਵੇਲਾ 'ਚ। ਮੈਂ ਮਾੜਾ ਜਿਹਾ ਦੇਖਿਆ ਅਤੇ ਇਹ ਛੋਟੀ ਜਿਹੀ ਫੁੱਟ ਜਿਹੜੀ ਹੈ ਨਾ ਪੱਕੀ ਸੀਗੀ। ਮੈਂ ਕਿਹਾ ਮੈਂ ਤੋੜ ਲਈ, ਮੈਂ ਕਿਹਾ ਘਰ ਲੈ ਕੇ ਜਾਂਦੀ ਹਾਂ, ਬੱਚਿਆਂ ਨੂੰ ਦੇ ਦੂੰਗੀ, ਹਮਨਾ ਨੂੰ ਦੇ ਦੂੰਗੀ। ਚਲੋ ਹਮਨਾ ਦੇ ਦਿਓ ਅਤੇ ਹੀਰਾ ਖਾ ਲੈਣਗੀਆਂ। ਹਾਂਜੀ ਹੀਰਾ ਨਾ ਬੇਟੀ, ਤੁਸੀਂ ਨਾ ਖੁਸ਼ਬੂ ਚੋਂ ਸੰਗੋ। ਤਾਂ ਕਿ ਮੈਨੂੰ ਖੁਸ਼ਬੂ ਬੜੀ ਪਿਆਰੀ ਖੁਸ਼ਬੂ ਆਉਂਦੀ ਪਈ ਹੈ। ਹਿਬਾ ਮੋਇਸ ਟਿਊਸ਼ਨ ਗਏ ਹੋਇਆ ਅਤੇ ਇਹ ਜਿਹੜੀਆਂ ਛੋਟ ਹਮਨਾ ਔਰ ਹੀਰਾ ਅਨਾਇਆ ਇਹਨਾਂ ਨੂੰ ਦੇ ਦਿੰਦੀ ਹਾਂ, ਵੰਡ ਕੇ ਖਾ ਲੈਣ। ਅਨਾਇਆ ਵੀ ਖਾ ਲੈਂਦੀ ਮਾਸ਼ਾਅੱਲਾ। ਹਾਂਜੀ ਹੀਰਾ ਜਿਹੜਾ ਆਲੂ ਬੁਖਾਰਾ ਸ਼ੌਕ ਨਾਲ ਖਾਂਦੀ ਹੈ। ਉਹਦੇ ਵਾਸਤੇ ਨਾ ਮੈਂ ਮੰਗਵਾ ਕੇ ਰੱਖੂੰਗਾ, ਉਹਦੇ ਵਾਸਤੇ ਮੈਂ ਬਰਫੀ ਮੰਗਵਾ ਕੇ ਰੱਖਦਾ, ਉਹ ਰਹਿਣ ਦਾ ਨਾ ਹੁਣ ਨਾ ਮੰਗਵਾਇਆ ਕਰੂੰਗਾ, ਫਰੂਟ ਵਗੈਰਾ ਉਹ ਮੰਗਵਾ ਕੇ ਰੱਖਿਆ ਕਰੂੰਗਾ। ਸਹੀ ਹੈ। ਚਲੋ ਫਿਰ ਮੈਂ ਪੱਠੇ 'ਚ ਕਾਵਾਂ ਤੁਹਾਨੂੰ, ਮੇਰੇ ਕੱਪੜੇ ਅੱਧ 'ਚ ਪਏ ਆ। ਚਲੋ ਚਲੋ, ਆਹ ਬਾਜਰਾ ਵੀ ਉੱਗਿਆ ਹੋਇਆ, ਵੱਢ ਲਓ। ਵੱਡਾ ਫਿਰ ਤਾਂ ਵੱਡਾ ਹੋ ਗਿਆ ਨਾ, ਫਿਰ ਵੱਢ ਲਾਂਗੇ, ਇਹ ਵੀਗਾ ਛੱਡ ਲਾਂਦੇ ਹਾਂ ਨਾ, ਅਗਲੇ 'ਚ ਰੇਜਰ ਫੇਰਾਂਗੇ ਕਿੱਲੇ 'ਚ, ਇਹ ਕੋਈ ਤਿਲੀ ਦਾ ਵੀ ਕੋਈ ਗੁਜ਼ਾਰਾ ਹੈਗਾ ਤਾਂ ਅਗਲਾ ਪੱਟ ਲਾਂਗੇ। ਲੂਸਣ ਵੱਢਿਆ ਹੋਇਆ ਵਾ, ਛੋਟਾ ਛੋਟਾ ਲੂਸਣ ਆ। ਗਰਮੀ ਕਰਕੇ ਨਾ ਕਾਫੀ ਟਾਈਮ ਲੱਗ ਜਾਂਦਾ ਅਤੇ ਨਾਲੇ ਗਰਮੀ ਕਰਕੇ ਨਾਲ ਨਾਲ ਸੁੱਕੀ ਜਾਂਦਾ ਰਹਿੰਦਾ। ਜਿਹੜੀ ਢੇਰੀ ਵੱਢੋ ਅਤੇ ਉਹ ਛੋਟੀ ਜਿਹੀ ਹੋ ਜਾਂਦੀ ਆ। ਜਲਦੀ ਕਰੋ, ਮਿੰਟ ਅੱਛਾ ਸਹੀ। ਉਹ ਜਗ੍ਹਾ ਚੰਗੀ ਹੋਣੀ ਆ ਨਾ ਬਈ, ਆਵਾਜ਼ ਦੀ ਤਿਲੀ ਵੀ ਮਾਸ਼ਾਅੱਲਾ ਸੋਹਣੀ ਆ। ਬੱਦਲ ਹੋਏ ਹੋਏ ਆ, ਬਾਰਿਸ਼ ਬੁਰਿਸ਼ ਕੋਈ ਨਹੀਂ। ਦੋ ਦਫ਼ਾ ਸਾਨੂੰ ਹਨੇਰੀ ਆਈ ਹੈ, ਸਾਡੇ ਹਨੇਰੀ ਨੇ ਸਾਨੂੰ ਚੰਗਾ ਪੂਰਿਆ, ਲੇਕਿਨ ਬਾਰਿਸ਼ ਨਹੀਂ ਹੋਈ। ਚਲੋ ਕੋਈ ਗੱਲ ਨਹੀਂ, ਜਿੱਥੇ ਹਨੇਰੀ ਆਉਂਦੀ ਆ ਅਤੇ ਅੱਲਾਹ ਤਾਲਾ ਰਹਿਮਤ ਵੀ ਕਰੇਗੀ, ਬਾਰਿਸ਼ ਵੀ ਆਏਗੀ ਨਾ ਬਈ। ਆਵਾਜ਼ ਕਿਤੇ ਚੱਲਿਆ ਵਾ। ਅੱਛਾ, ਆਪਣਾ ਬੇਟੀ ਨੂੰ ਬਰਗਰ ਹੀ ਮੰਗਵਾ ਦਿੰਦੇ। ਅੱਛਾ, ਬਿਸਕਿਟ ਮੋਇਸ ਦੇ ਖਤਮ ਹੋ ਗਏ ਆ। ਲਓ ਸਪੈਸ਼ਲ, ਹੁਣ ਤੁਸੀਂ ਇੰਨਾ ਪੈਟਰੋਲ ਸਾੜ ਕੇ ਤੇ ਇਹ ਬਿਸਕਿਟ ਲੈਣ ਜਾਣਾ ਵਾ। ਲਓ ਬੱਲੇ ਬੱਲੇ, ਨਹੀਂ ਤੁਸੀਂ ਰਹਿਣ ਦਿਓ। ਵੈਸੇ ਕਪਾਹ ਨਾ ਹਾਂਜੀ, ਉਹ ਨਹੀਂ ਸੋਹਣੇ। ਉਹ ਆਪਣੀ ਝੋਟੀ ਖੁੱਲ ਗਈ, ਆਪਣੀ ਤਾਂ ਹੈ ਕਿ ਮੱਝ ਆ ਫੁੱਫੋ ਦੀ, ਫੁੱਫੋ ਦੀ ਮੱਝ ਆ ਅਤੇ ਦੂਰੋਂ ਛੋਟੀ ਜਿਹੀ ਲੱਗਣ ਦਈ ਆ। ਉਹ ਜਾਂਦੀ ਪਈ ਫੁੱਟਾਂ 'ਚ, ਉਹ ਜਾਂਦੀ ਪਈ। ਜਲਦੀ ਕਰੋ, ਮੈਂ ਤੁਹਾਨੂੰ ਚੁਕਾਵਾਂ ਦੌੜ ਕੇ, ਉਹਨੂੰ ਮੈਂ ਕੱਢਾਂ। ਹਾਂਜੀ, ਕਪਾਹ ਨਾ ਜਿੱਦਾਂ ਦੀ ਹੋਣੀ ਚਾਹੀਦੀ ਸੀ ਉਵੇਂ ਦੀ ਨਹੀਂ ਹੈ ਜਵੇਰ। ਅੱਛਾ ਚਲੋ, ਫਿਰ ਵੀ ਅੱਲਾਹ ਤਾਲਾ ਦਾ ਸ਼ੁਕਰ ਆ, ਇਹ ਤਾਂ ਆਪਾਂ ਦੋਨਾਂ ਨੇ ਚੁਗ ਲੈਣੀ ਆ। ਹਾਂਜੀ ਹਾਂਜੀ, ਠੀਕ ਆ, ਜਲਦੀ ਕਰੋ ਜਲਦੀ ਆ, ਇੱਕ ਢੇਰ ਰਹਿ ਗਈ, ਜਲਦੀ ਪਾਓ ਇਹਨੂੰ।
ਚਲੀਏ ਚਲੀਏ, ਰਾਤੀ ਲੈ ਕੇ ਜਾਣੀ ਕਿ ਰਹਿਣ ਦੇਣੀ? ਅੱਛਾ, ਤਾਂ ਕਿ ਪਹਿਲੇ ਤੁਸੀਂ ਲੂਸਨ ਵੱਢਿਆ ਕਰੋ, ਲੂਸਨ ਤਾਂ ਕਿ ਠੰਡੇ ਦਾ ਟਾਈਮ ਵੱਢਿਆ ਜਾਂਦਾ ਅਤੇ ਬਾਜਰਾ ਤਾਂ ਬੰਦਾ ਬਾਅਦ 'ਚ ਵੀ ਵੱਢ ਲੈਂਦਾ। ਹਾਂਜੀ ਚਲੋ ਚਲੋ ਅਸੀਂ ਜੀ, ਦੁਪਹਿਰ ਦਾ ਟਾਈਮ ਹੋ ਗਿਆ ਵਾ, ਰੋਟੀਆਂ ਪਕਾ ਕੇ ਪੁੱਪਾ ਜੀ ਨੂੰ ਦੇ ਕੇ ਆਈ ਹਾਂ ਅਤੇ ਪੁੱਪਾ ਜੀ ਮੱਖਣ ਨਾਲ ਚੋਪੜਾ ਲੱਗਿਆ ਅਤੇ ਮਾਮੂ ਕਹਿੰਦੇ ਆ ਮਿਰਚਾਂ ਨਾਲ ਰੋਟੀ ਖਾਣੀ ਆ ਅਤੇ ਇਹ ਮੈਂ ਵਿੱਚ ਲੈ ਕੇ ਆਈ ਸੀ ਫਰੈਸ਼ ਫਰੈਸ਼ ਮਿਰਚਾਂ ਆਪਣੀ ਅੰਮੀ ਕੋਲੋਂ ਅਤੇ ਇਹਨਾਂ ਨੂੰ ਨਾ ਮੈਂ ਇੱਕ ਵਾਰ ਆਪਾਂ ਵਾਸ਼ ਕਰਕੇ ਲੈ ਕੇ ਆਉਂਦੀ, ਇਹਨਾਂ ਨੂੰ ਤੁੜਕਾਂਗੇ ਅਤੇ ਇਹਦੇ ਨਾਲ ਅਸੀਂ ਖਾਵਾਂਗੇ ਜੀ ਰੋਟੀ। ਮਿਰਚਾਂ ਨਾਲ ਰੋਟੀ ਖਾਣੇ ਦਾ ਬੜਾ ਮਜ਼ਾ ਆਉਂਦਾ ਵਾ, ਨਮਕ ਲਗਾ ਕੇ ਤੁੜਕੀਆਂ ਹੁਣ ਆਏ ਹਾਏ ਹਾਏ ਕਿਆ ਕਹਿਣੇ ਆ। ਗਰਮੀ ਆ ਬਸ ਥੋੜੀਆਂ ਕੋੜੀਆਂ ਹੋਣ, ਅਗਰ ਦੁਪਹਿਰ ਨੂੰ ਕੋਈ ਚੀਜ਼ ਨਾ ਆਵੇ ਨਾ ਤੇ ਇਸ ਤਰ੍ਹਾਂ ਮਿਰਚਾਂ ਤੋੜ ਕੇ ਰੋਟੀ ਖਾਇਆ ਕਰੋ, ਬੜਾ ਮਜ਼ਾ ਆਉਂਦਾ। ਹਾਂਜੀ ਮਜ਼ਾ ਤਾਂ ਆਉਂਦਾ, ਜਿਹੜਾ ਬਾਅਦ 'ਚ ਪਾਣੀ ਵੀ ਹੁੰਦਾ ਨਾ। ਲੱਸੀ ਵਧਾ ਲੈਣੀ ਅਸੀਂ ਨਾਲ, ਸਾਡੇ ਤਾਂ ਮਾਸ਼ਾਅੱਲਾ ਜੀ ਘਰ ਦੀ ਲੱਸੀ ਆ ਅਤੇ ਅਸੀਂ ਆਪਣਾ ਨਾਲ ਵਧਾ ਲਈਦੀ ਆ ਅਤੇ ਪਤਲੀ ਕਰ ਲਈਦੀ ਆ ਬਰਫ਼ ਪਾ ਕੇ ਅਤੇ ਬੜਾ ਮਜ਼ਾ ਆਉਂਦਾ ਰੋਟੀ ਖਾਣ ਦਾ। ਅਤੇ ਜਿਵੇਂ ਬੱਚੇ ਵੀ ਲੈਣ ਚੱਲੇ, ਹੁਣ ਬੱਚਿਆਂ ਨੇ ਵੀ ਆ ਜਾਣਾ ਅਤੇ ਫਿਰ ਸਾਰਿਆਂ ਨੇ ਬੈਠ ਕੇ ਖਾਣੀ। ਚਲੋ ਤੁਸੀਂ ਆ ਕਰੋ ਨਾਨੀ ਦੇ ਅਤੇ ਮੈਂ ਜਾ ਕੇ ਬੱਚੇ ਲਿਆਉਂਦਾ ਨਾਨੀ ਦੇ। ਠੀਕ ਆ, ਗਿਆਨ ਤਾਂ ਆ ਬੱਚਿਆਂ ਦਾ, ਹੁਣ ਤੱਕ ਇਹ ਵੀ ਕੰਮ ਤਿਆਰ ਹੋ ਜਾਊਗਾ। ਹਾਂਜੀ ਥੋੜ੍ਹਾ ਜਿਹਾ ਨਮਕ ਜ਼ਿਆਦਾ ਪਾਉਣਾ ਪੈਂਦਾ ਵਾ ਮਿਰਚ। ਹਾਂਜੀ ਸਹੀ ਆ ਜੀ। ਛੁਰੀ ਛੁਰੀ ਮੇਰਾ ਕੋਲ ਹੀ। ਅੱਛਾ ਬੱਚਿਆਂ ਨੂੰ ਮੈਂ ਲਿਆ, ਟਿਊਸ਼ਨ ਪੜ੍ਹਨ ਗਏ ਹੋਏ ਸੀ ਅਤੇ ਮੋਹਿਤ ਬੇਟੇ ਨੂੰ ਭੁੱਖ ਲੱਗੀ ਆ ਅਤੇ ਹੀਬਾ ਬੇਟੀ ਨੂੰ ਵੀ। ਭਿੰਡੀ ਵੀ ਆ, ਹਰੀ ਮਿਰਚ ਵੀ ਆ, ਦਾਲ ਵੀ ਆ, ਜਿਹੜੀ ਚੀਜ਼ ਮਰਜ਼ੀ ਖਾ ਲਾ। ਮੈਨੂੰ ਵੀ ਦਿਓ, ਉਹਨੂੰ ਵੀ ਭੁੱਖ ਲੱਗੀ ਹੋਈ। ਇੱਥੇ ਆ ਲਾ, ਇੱਕ ਤਾਂ ਮੇਰੇ ਦਾਤੀ ਲੱਗ ਗਈ ਹੋਣ, ਨੱਖਾਂ ਤੇ ਇੰਨੀ ਦਰਦ ਕਰ ਰਿਹਾ। ਹਾਂ ਔਰ ਲੋਟੇ ਸਲੋਟੇ ਨਾਲ ਚਾਹ ਲੈ ਪਾ ਲੋ। ਟਾਈਮ ਆ ਅਤੇ ਆਸੀ ਦਾ ਆਟਾ ਬਣਨ ਲੱਗੀ ਆ, ਚਾਏ ਵਗੈਰਾ ਪੈ ਲਈ ਆਸੀਆਂ ਨੇ ਅਤੇ ਮੈਨੂੰ ਲੱਗਦਾ ਆਸੀ ਦਿਨ ਤੁਹਾਡੀ ਤਬੀਅਤ ਵੀ ਠੀਕ ਨਹੀਂ ਗੀ। ਇੱਦਾਂ ਹੀ ਠੀਕ ਮੂੰਹ ਤਾਂ ਲੱਗਦਾ ਨਾ ਇਸ ਤਰ੍ਹਾਂ ਦੇਸੀ ਘੀ ਖਾਇਆ ਕਰੋ, ਗੋਭੀ ਇੰਨੀ ਗਰਮੀ ਨੀਂਦ ਆ ਰਹੀ ਹਜੇ ਵੀ। ਅੱਛਾ ਜੀ ਬੇਟਾ ਕੀ ਚਾਹੀਦਾ?
ਕੱਲ ਅੱਛਾ ਛੁੱਟੀ ਕਰ ਲਓ, ਕੱਲ ਮਿੱਠੀ ਲੱਸੀ ਲੈ ਕੇ ਗਏ ਸੀ ਕਹਿੰਦੇ ਮੰਮਾ ਸਾਨੂੰ ਭੁੱਖ ਨਹੀਂ ਲੱਗੀ, ਨਹੀਂ ਲੱਗੀ ਭੁੱਖ, ਅੱਜ ਹੀ ਬਣਾ ਦਿਓ, ਬਣਾ ਦੂੰਗੀ। ਤਾਂ ਮੋਹਿਤ ਸਾਹਿਬ ਅੱਜ ਕਹਿੰਦਾ ਸੀ ਆਪਣੀ ਲੈਦਾ ਲੱਗ ਜਾਣੀ, ਮੈਨੂੰ ਫਿਰ ਦਿੱਤੀ ਨਹੀਂ ਤੇ ਵਾਪਸ ਥੋੜ੍ਹੀ ਜਿਹੀ ਲੈ ਕੇ ਵੀ ਆਏ ਹੋਏ ਸੀ ਘਰ, ਇਹ ਬਹਾਨੇ ਦਿੱਤੀ ਹੋਣੀ ਫਿਰ, ਨਹੀਂ ਬਾ ਕਹਿੰਦੀ ਮੈਂ ਦਿੱਤੀ ਸੀ। ਸਹੀ ਆ, ਚਾਰ ਪਾਈ ਜਗ੍ਹਾ ਹੈਗੀ, ਇੱਕ ਚਾਰ ਪਾਈ ਉੱਚੀ ਦੇਖਣੀ ਨੀ, ਮੈਂ ਤੇ ਸ਼ੁਕਰ ਕਰਦੀ ਹੁਣ ਤੇ ਇੰਨਾ ਸੋਹਣਾ ਕਹਿੰਦੀ ਹੈ ਨਾ ਮਾਮਾ ਪਾਪਾ, ਬੜੀ ਪਿਆਰੀ ਲੱਗਦੀ ਹੈ ਜੋ ਵੀ ਪਾ ਕੇ ਪਈ ਸੀ ਨਾਲ। ਚਲੋ ਉਹਨੂੰ ਆਟਾ ਅਤੇ ਬੱਚਿਆਂ ਦੀ ਤਿਆਰੀ ਵਗੈਰਾ ਕਰੋ, ਤੁਸੀਂ ਹੁਣ ਟਿਊਸ਼ਨ ਛੱਡ ਕੇ ਆਵਾਂ। ਮੈਨੂੰ ਪਕੜਾ ਦਿਓ, ਕਿੱਥੇ ਲੈ ਕੇ ਜਾਣੀ ਅਸੀਂ, ਹੋ ਗਈ ਤਿਆਰੀ ਬੱਚਿਆਂ ਦੀ? ਸਹੀ, ਤੁਸੀਂ ਹੁਣ ਕੀ ਕਰਨਾ? ਜੀਂਦੀ ਜਾਨ ਦੇ ਕੰਮ ਵੀ ਮੁੱਕ ਸਕਦੇ, ਕੰਮ ਤਾਂ ਨਹੀਂ ਮੁੱਕਦੇ, ਕੀ ਕਰਨਾ ਮੈਂ ਕਹਿੰਦੀ ਤਾਂ ਪੱਠੇ ਵੜਾ ਦਿਓ ਥੋੜ੍ਹੇ ਜਿਹੇ ਨਾਲ, ਚਲਾਓ ਬਾਹਰ ਦੱਸਾਂ ਕਿਹੜੇ ਕਿਹੜੇ ਕੰਮ ਕਰਨੇ ਆ ਮੈਂ, ਆਓ ਚਲੋ ਤੁਰੋ। ਬਲ ਕੱਪੜੇ ਧੋਣੇ ਆ, ਕੱਪੜੇ ਧੋਣ ਲੱਗੇ, ਹਾਂਜੀ ਝਾੜੂ ਮੈਂ ਕਹਿੰਦੀ ਦੇਣਾ ਫਰਸ਼ ਧੋ ਲਿਆ ਸੀ ਤੇ ਧੋ ਲਵਾਂ, ਸਾਰਾ ਤਾਂ ਪਾਣੀ ਲੀ ਲਾਉਣੀ, ਮੋਇਜ ਨੂੰ ਮੈਂ ਕਿਹਾ ਮੋਇਜ ਜਾ ਮੂੰਹਾਂ ਧੋਖਿਆ ਤੇ ਮੋਇਜ ਸਾਹਿਬ ਆ ਕੇ ਮੈਂ ਕੱਪੜੇ ਸੁਕਣ ਲੱਗ ਜਾਂਦਾ ਤੇ ਆ ਕੇ ਤੇ ਮਸ਼ੀਨ ਚ ਪੈ ਆਪਣਾ ਪਾਣੀ ਪਾਉਣ ਲੱਗ ਪਿਆ, ਤਾਂ ਦੇਖੋ ਸਰਫ ਕਿੱਥੇ ਪਾਉਣਾ ਤੇ ਕੱਪੜੇ ਮੋਦੀ ਨਾ ਪਾਣੀ ਪਾਈ ਦਾ ਬੇਟਾ, ਪਾਣੀ ਕੱਢ ਲੋ ਥੋੜੀ ਭਰ ਕੇ ਰੱਖੋ ਤੇ ਹੁਣ ਮੈਂ ਇਹ ਵਿਖਾਉਣੀ ਮੂੰਹ ਤੱਕ ਕਰਦੀ ਆ ਲੀਡ ਵਾਸ਼ਰੂਮ ਚ ਲਾ ਲਵਾਂ ਕਹਿੰਦਾ, ਇੱਧਰ ਲੱਗ ਜੇਗੀ, ਪੰਪ ਵੀ ਚਲਾਉਣਾ ਇਹ ਵੀ ਲੱਗ ਹੀ ਜਾਣੀ, ਲੱਗ ਜਾਣੀ ਕਿਉਂਕਿ ਇੱਧਰ ਸਾਰਾ ਪਾਣੀ ਹੈ ਤੇ ਕੋਈ ਪਤਾ ਨਹੀਂ ਹੁੰਦਾ ਜਲਦੀ ਇੱਦਾਂ ਹੋ ਗਿਆ, ਜਲਦੀ ਇੱਦਾਂ ਹੋ ਗਿਆ ਅੰਦਰ ਜਿਹੜੀ ਕੜਾਈ ਪਈ ਉਹ ਵੀ ਖਰਾਬ ਉੱਥੇ ਪਾਵਾਂਗੇ।